ਟਿੱਕਾ ਲਾਇਆ ਜਾ ਰਿਹਾ ਜੀ ਤੇ ਕੀ ਹੁਣ ਤੱਕ ਇਹਦੀ ਉਪਲਬਧੀ ਕੀ ਹੈ ਕੁਝ ਬਰਾਮਦ ਹੋਇਆ ਮਾਨਯੋਗ ਸ਼੍ਰੀ ਵਰਨ ਕੁਮਾਰ ਸ਼ਰਮਾ ਜੀ ਸੀਨੀਅਰ ਪੁਲਿਸ ਕਪਤਾਨ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੰਭੂ ਬੈਰੀਅਰ 'ਤੇ ਇੰਟਰਸਟੇਟ ਨਾਕਾਬੰਦੀ ਰੌਂਡਾ ਕਲੋਕ ਕੀਤੀ ਗਈ ਹੈ ਐਡੀਸ਼ਨਲ ਫੋਰਸ ਵੀ ਮਾਨਯੋਗ SSP ਸਾਹਿਬ ਦੁਆਰਾ ਮੁਹੱਈਆ ਕਰਾਈ ਗਈ ਹੈ ਤੁਸੀਂ ਦੇਖ ਸਕਦੇ ਹੋ 2-wheeler, 3-wheeler ਈਵਨ ਬੱਸਾਂ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਹਰੇਕ ਵਿਅਕਤੀ ਤੋਂ ਮਨੋਵਿਗਿਆਨਿਕ ਤਰੀਕੇ ਅਨੁਸਾਰ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅਪ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜੋ ਨਾਕਾਬੰਦੀ ਦੌਰਾਨ ਕਾਫੀ ਡਿਟੈਕਸ਼ਨ ਵਰਕ ਹੁੰਦੇ ਨੇ ਜਿਨ੍ਹਾਂ ਦੀ ਡਿਟੇਲ ਅੱਜ ਸ਼ਾਮ ਨੂੰ ਸਬਮਿਟ ਕਰ ਦਿੱਤੀ ਜਾਊਗੀ ਜੋ ਸਾਰੀ ਫੋਰਸ ਨੂੰ ਬਰੀਫ ਕੀਤਾ ਗਿਆ ਹੈ ਚੈਕਿੰਗ ਦੌਰਾਨ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਆਮ ਪਬਲਿਕ ਨੂੰ ਕਿਸੇ ਵੀ ਗੱਲ ਦੀ ਪਰੇਸ਼ਾਨੀ ਨਾ ਹੋਵੇ ਬਹੁਤ ਹੀ ਪੋਲਾਈਟ ਵੇ ਤਰੀਕੇ ਨਾਲ ਉਹਨਾਂ ਤੋਂ ਸਰਚ ਕੀਤੀ ਜਾਂਦੀ ਹੈ ਅਤੇ ਬੜੇ ਪਿਆਰ ਦੇ ਨਾਲ ਉਹਨਾਂ ਦੇ ਬੈਗ ਅਤੇ ਹੋਰ ਜੋ ਚੀਜ਼ ਹੈ ਕੋਈ ਸ਼ੱਕੀ ਚੀਜ਼ ਹੈ ਉਸ ਨੂੰ ਚੈੱਕ ਕੀਤਾ ਜਾਂਦਾ ਸਰ ਸ਼ੰਭੂ ਬਾਰਡਰ ਦੇ ਨਾਲ ਨਾਲ ਹੋਰ ਜਗ੍ਹਾ ਦੇ ਉੱਪਰ ਵੀ ਚੈਕਿੰਗ ਕਰ ਰਹੀ ਹੈ ਦੇਖੋ ਜੋ ਸਾਡਾ ਥਾਣਾ ਘਨੌਰ ਹੈ ਉਹ ਵੀ ਸ਼ੰਭੂ ਥਾਣੇ ਜ਼ਿਲ੍ਹਾ ਅੰਬਾਲਾ ਦੇ ਨਾਲ ਲੱਗਦਾ ਉਹਦੇ ਕਈ ਐਸਕੇਪਿੰਗ ਰੂਟ ਹੈ ਜਿਨ੍ਹਾਂ ਨੂੰ ਅਸੀਂ ਪੈਟਰੋਲਿੰਗ ਪਾਰਟੀ ਨਾਲ ਵੀ ਕਵਰ ਕਰਦੇ ਹਾਂ ਅਤੇ ਸਰਾਲਾ ਹੈੱਡ ਦੇ ਨਾਕਾਬੰਦੀ ਵੀ ਕੀਤੀ ਜਾਂਦੀ ਹੈ ਜੋ ਉਹ ਵੀ ਏਰੀਆ ਜਿਹੜਾ ਕਵਰ ਕੀਤਾ ਗਿਆ ਇਸੇ ਤਰ੍ਹਾਂ ਸਬ ਡਿਵੀਜ਼ਨ ਰਾਜਪੁਰਾ ਦੁਆਰਾ ਵੀ ਵੱਖ ਵੱਖ ਪੁਆਇੰਟਾਂ 'ਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਿਆ ਜਾ ਸਕੇ ਅਤੇ ਗੈਰ ਕਾਨੂੰਨੀ ਜੋ ਅਨਸਰ ਹੈ ਉਹਨਾਂ ਨੂੰ ਕਾਨੂੰਨ ਅਨੁਸਾਰ ਕਾਬੂ ਕੀਤਾ ਜਾ ਸਕੇ ਅਤੇ ਕਾਨੂੰਨੀ ਪ੍ਰਕਿਰਿਆ ਹੇਠ ਅਮਲ 'ਚ ਲਿਆਂਦਾ ਜਾ ਸਕੇ ਥੈਂਕ ਯੂ ਜੀ